ਜੋ ਕਮੈਂਟ ਆਏ ਤੁਹਾਡੇ ਜਿਹੜੇ ਤੁਸੀਂ ਲਾ ਕੇ ਦੇ ਕੇ ਆਏ ਆ ਗੁੱਡੀਅਰ ਦੇ ਤਾਂ ਫੇਰ ਗੁੱਡੀਅਰ ਦੋਵੇਂ ਸੇਮ ਹੀ ਆ ਦੋਵੇਂ ਸੇਮ ਹੀ ਆ ਇੱਕ ਦਿਨ ਇੱਦੇ ਬੰਦੂਕ ਲੈ ਚਾਰ ਪੰਜ ਫੈਲ ਕੱਢਦੇ ਮੇਰੇ ਆ ਮੈਂ ਆਪਣੀ ਗੈਂਗ ਦੀ ਫੋਟੋ ਲਾਈ ਆ ਇੱਕ ਇਹ ਆ ਤੇ ਇੱਕ ਆ ਵਾ ਜਿਹੜੀ ਸਮਾਈਲ ਹੈ ਨਾ ਬਹੁਤ ਤੁਹਾਡੇ ਫੈਨ ਭਾਈ ਬਹੁਤ ਤਕੜੇ ਸਤਿ ਸ੍ਰੀ ਅਕਾਲ ਬੁਲਟ ਭਾਈ ਕਿੱਦਾਂ ਭਾਈ ਕਿੱਦਾਂ ਭਾਈ ਠੀਕ ਠਾਕ ਸੇਤ ਸੇਤਾ ਠੀਕ ਹੈ ਭਰਾ ਮਾਤਾ ਤੋਂ ਗਾਲਾਂ ਖਾ ਲਈਏ ਜਿੰਨੇ ਕੁ ਤੂੰ ਲਈ ਫਿਰਦਾ ਨਾ ਮਾਤਾ ਕਹਿੰਦੀ ਜਿੰਨੇ ਕੁ ਤੂੰ ਲਈ ਫਿਰਦਾ ਨਾ ਮੈਂ ਤੇ ਕਿੱਦਾਂ ਕਹਿੰਦੀ ਮਾਤਾ ਜਿੰਨੇ ਕੁ ਤੂੰ ਲਈ ਫਿਰਦਾ ਨਾ ਇਹ ਤਾਂ ਕੱਖ ਵੀ ਨਹੀਂ ਕਹਿੰਦੀ ਕੱਖ ਵੀ ਨਹੀਂ ਆ ਬੜਾ ਭੂਏ ਚੜਿਆ ਘਰ ਢਾਉਣ ਵਾਲਿਆਂ ਨੇ ਲੈ ਜਾਣੇ ਆ ਜਿੰਨੇ ਕੁ ਤੂੰ ਲੈ ਕੇ ਭੂਏ ਚੜੇ ਆ ਮੈਂ ਕਦੀ ਰੋਟਾ ਵੇ ਕਹਿੰਦੀ ਢਾਈ ਜਾ ਕਹਿੰਦੀ ਮਿਸਤਰੀ ਲੈ ਗਿਆ ਢਾ ਦਈਏ ਮੈਂ ਕਿਹਾ ਜੇ ਬਾਜੇ ਟੱਠਾ ਹੀ ਰਹਿ ਗਿਆ ਸਹੀ ਗੱਲ ਆਹ ਗੱਲ ਵੀ ਸਹੀ ਆ ਆ ਵੇਲਾ ਭਾਈ ਐ ਰਸ ਕੇ ਗਲਾਸ ਯਾਰ ਤੇ ਲੁੱਚਾ ਕਿਤੇ ਦੇਖਦੀ ਰੂੜੀ ਰੜੀ ਦੱਸ ਕਿਤੇ ਗਲਾਰਾ ਦੇ ਜਾ ਮੇਰੀ ਮਾੜਾ ਮੋਟਾ ਕਿਤੇ ਨਹੀਂ ਨਹੀਂ ਨਾ ਗਾ ਝਾੜੂ ਅੱਜ ਦਾ ਦੋ ਟਾਈਮ ਭਾਈ ਇੱਥੇ ਤਾਂ ਕਰਕੇ ਜਿਹੜਾ ਗੜਾ ਪਿਆ ਉਹਨੇ ਨਹੀਂ ਹੁਣ ਆਪਣੇ ਸਹੀ ਬਣ ਗਏ ਕਿੰਨੇ ਪੈਸੇ ਲੱਗੇ ਟਰੈਕਟਰ ਦੇ ਮੂਹਲੇ ਟਾਇਰ ਪਵਾ ਲਿਆ ਲੱਖ ਰੁਪਈਆ ਉੱਥੇ ਲਾਤਾ ਠੀਕ ਆ ਅਗਲੇ ਤੇ ਕੱਲ ਵੀ ਗਿਆ ਰੂਟਾਵੀਟਰ ਪਵਾਉਣ ਤੇ ਉੱਥੇ ਟਾਇਰ ਪਸੰਦ ਆ ਗਿਆ ਪਿਛਲੇ ਟਾਇਰ ਪਵਾ ਲਿਆ ਮਤਲਬ ਪਹੁੰਚ ਗਿਆ 10 ਲੱਖ ਦੇ ਕੰਮ ਨੇ ਮੈਂ ਟਰਾਲੀ ਕਰਾਉਣ ਲੱਗਾ ਪਿਆਰ ਛੋਟੀ ਛੋਟੀ ਬਣਾਈ ਨਾ ਜੀਪ ਪਿੱਛੇ ਟਰਾਲੀ ਪਾ ਕੇ ਉੱਥੇ ਲੈ ਜਾ ਕਰਨੀ ਹੈ ਮਾਤਾ ਨੂੰ ਕਹਿੰਦਾ ਰੋਟੀ ਰੋਟੀ ਲਾ ਰਹੀ ਹਾਂ ਇਹ 2 ਘੰਟੇ ਪਹਿਲਾਂ ਤੁਰ ਪਿਆ ਕਰਾਂਗੇ ਜੇ ਮੈਂ ਇੱਥੇ ਜਾਣਾ ਪਹਿਲਾਂ ਤੁਰ ਪਿਆ ਰਾਤ ਨੂੰ ਤੂੰ 12 ਵਜੇ ਲੈ ਕੇ ਤੁਰ ਪਿਆ ਮਾਤਾ ਨੂੰ ਤੁਸੀਂ ਆਰਾਮ ਨਾਲ ਸਵੇਰੇ ਉੱਠ ਕੇ ਤੁਰੇ ਏਦਾਂ ਠੀਕ ਹੋਣਾ ਕੰਮ ਮੈਨੂੰ ਉੱਥੇ ਭਰਾਵਾ ਆਨੰਦਪੁਰ ਸਾਹਿਬ ਬੜੇ ਪੁੱਛਦੇ ਸੀ ਬੁਲਟ ਭਾਈ ਨਹੀਂ ਆਇਆ ਮੈਂ ਕਿਹਾ ਉਹਦੇ ਸੱਟ ਲੱਗੀ ਹੋਈ ਭਾਈ ਨੇ ਤਾਂ ਆ ਗਈ ਭਾਜੀ ਪਰ ਖੇਡਣਾ ਨਹੀਂ ਯਾਰ ਸੱਟ ਲੱਗੀ ਸੀ ਨਾ ਹੁਣ ਆਪਣੇ ਕੇ ਦੌਕੇ ਰਿਪੋਰਟ ਆ ਹਾਂ ਸਹੀ ਆ ਭਾਈ ਮਾੜਾ ਮੋਟਾ ਹੀ ਆ ਬਸ 10-15 20% ਹੈਗਾ ਇਹ ਥੋੜਾ ਜਿਹਾ ਭਾਈ ਹੁਣ ਇੱਕ ਮੈਚ ਲਈ ਯਾਰ ਥੋੜੋ ਮੈਂ ਦੱਸਿਆ ਤੈਨੂੰ ਸਾਰੇ ਕਹੀ ਜਾਂਦੇ ਜਿੱਦਾਂ ਮੰਨਦੇ ਆ ਵੀ ਬਹੁਤ ਸਭ ਨੂੰ ਵੱਡਾ ਮੇਲਾ ਆਨੰਦਪੁਰ ਸਾਹਿਬ ਦਾ ਹੀ ਆ ਚੱਲ ਇਹ ਆ ਵੀ ਭਾਈ ਵੀ ਦੇਖ ਜੇ ਨਾ ਵੀ ਉਹੀ ਇੱਕ ਦਿਨ ਮੇਲਾ ਖੇਲ ਕੇ ਵੀ 3-4 ਮਹੀਨੇ ਰੈਸਟ ਹੋਵੇ ਫੇਰ ਤਾਂ ਬੰਦਾ ਕਹਿੰਦਾ ਚੱਲ ਕੋਈ ਨਹੀਂ ਮਾੜਾ ਜਿਹਾ ਹੋਇਆ ਵਾ ਆ ਗਿਆਨੀ ਹੁਣੀ ਬਹੁਤ ਜ਼ੋਰ ਮਾਰਦੇ ਪੁੱਛ ਗਿਆਨੀ ਹੁਣੀ ਪਤਾ ਕਹਿੰਦੇ ਸਾਡਾ ਆਪਣਾ ਦਿਲ ਕਰਦਾ ਵੀ ਇਹ ਖੇਡੀਏ ਕਿਉਂਕਿ ਇਹ ਖੇਡਦਾ ਫੇ ਭਾਈ ਤੈਨੂੰ ਪਤਾ ਮੇਲਾ ਵੀ ਥੋੜਾ ਹੋਰ ਹੋਣਾ ਸੀ ਇਹ ਪਤਾ ਇਹ ਕਪੂਰਥਲੇ ਦੀ ਟੀਮ ਹੁਣ ਅੱਧੀ ਹੀ ਹਿਸਾਬ ਨਾਲ ਵੀ ਰੇਡਰ ਆਪਣੇ ਕੋਲ ਕਿਹੜਾ ਐਡਾ ਹੈਗਾ ਸੀ ਕੋ ਟੌਪ ਦਾ ਤੇ ਜੇ ਇਹ ਖੇਡਦਾ ਨਾਲ ਤੇ ਭਾਈ ਜੋਤੇ ਨੇ ਵੀ ਕਿਤੇ ਮੇਲਾ ਲੁੱਟਿਆ ਯਾਰ ਜੋ ਮਰਜੀ ਕਹਿ ਲਓ ਟੀਮ ਭਾਵ ਆਪਣੀ ਹਰ ਗਈ ਨਾ ਪਰ ਜੋ ਕਰ ਗਿਆ ਨਾ ਉਹ ਵੀ ਕਹਿਣ ਨੂੰ ਨਹੀਂ ਕਰਦਾ ਜੀ ਵਧੀਆ ਹੀ ਆ ਕਰਾਈ ਭਰਾਵਾ ਕਿੰਨੀ ਹੁਣਾਂ ਨੇ ਭਾਈ ਪਤਾ ਕਿੱਦਾਂ ਉਹਨਾਂ ਕੋ ਰੇਡਰ ਸੀ ਜਿਹੜਾ ਦੀਪ ਦਵਰ ਜੀ ਵਾਲਾ ਉਹ ਇਦਾਂ ਹੈ ਵੀ 20 ਕਬੱਡੀਆਂ ਪਾ ਕੇ 4 ਹੀ ਜੱਫੇ ਖਾਣੇ ਉਹ ਸਾਰੇ ਥੋੜੋ ਖਾ ਚੱਲਾ ਸੀ ਆਪਣੇ ਚ ਜੇ ਇਧਰੋਂ ਇਹ ਹੁੰਦਾ ਜੇ ਇਹ ਵੀ 20 ਪਾ ਕੇ 5 ਹੀ ਖਾ ਜਾਂਦਾ ਜੱਫੇ ਫਿਰ ਵੀ 15 ਨੰਬਰ ਤਾਂ ਇਹਦੇ ਹੋਣੇ ਹੀ ਤੇ ਆਪਣੇ ਨੇ ਜੱਫੇ ਕਿੰਨੇ ਲਾਏ 3 ਰੇਡਰ ਹੁੰਦੇ ਇਧਰ ਇਹ ਬਾਸੇ ਨਾਲ ਗੜਾ ਜਿਹੜੀ ਮਰਜ਼ੀ ਟੀਮ ਹੋਵੇ ਹੁਣੇ ਹੀ ਕਬੱਡੀ ਤੇ ਕਰਵੋ ਤਾਂ ਕੀ ਕਰੇ ਸਹੀ ਪਰ ਬਾਕੀ ਟੋਨੀ ਇੱਕ ਗੱਲ ਵਧੀਆ ਵਾ ਜਿੱਦਾਂ ਆਪਣੇ ਇਹਦੇ ਨਾਲ ਸੱਟ ਲੱਗੀ ਹੋਈ ਸੀ ਉਸ ਹਿਸਾਬ ਨਾਲ ਕਾਲੀ ਨਹੀਂ ਕੀਤੀ ਭਾਜੀ ਕਾਲੀ ਕਰਦਾ ਨਹੀਂ ਇਹ ਹਨਾ ਕਿਉਂਕਿ ਬਾਅਦ ਦੇ ਵਿੱਚ ਗੱਲ ਆ ਬਾਅਦ ਦੇ ਵਿੱਚ ਯਾਰ ਫਿਰ ਤੁਹਾਨੂੰ ਪਤਾ ਕੋਈ ਨਹੀਂ ਹੱਥ ਫੁੱਲਾ ਫੜਾਉਂਦਾ ਭਾਜੀ ਕਾਲੀ ਕਦੀ ਵੀ ਨਹੀਂ ਕੀਤੀ ਇਹਨੇ
ਹਾਲੀ ਨਹੀਂ ਕਰਦਾ ਇਹ ਪਸ਼ੂ ਤੇ ਵੀ ਆ ਦਿਲ ਕਰਦਾ ਸੀ ਕਿ ਵੀ ਮੈਂ ਰੋਜ਼ ਹੀ ਮਲ ਮਲ ਕੇ ਬਰਫਾਂ ਹੀ ਸੈੱਟ ਕਰਤਾ ਸੀ ਮੁੰਡਾ ਮਾੜੀ ਮੋਟੀ 19 ਰਹਿ ਗਈ ਮੈਂ ਕਿਹਾ ਘੇਡੀ ਕਹਿੰਦਾ ਨਹੀਂ ਫੇ ਆਪਣਾ ਕੈਨੇਡਾ ਦਾ ਵੀ ਗਾਂ ਸੀ ਜਾਣਾ ਆਸਟ੍ਰੇਲੀਆ ਮੈਂ ਜਾਣਾ ਵਾ ਗਾਂ ਬੜਾ ਕੁਝ ਉਹਨਾਂ ਲੋਕਾਂ ਦੇ ਮਨ ਚ ਇਹ ਆ ਕਰੇ ਨਾ ਜਾਣ ਕੇ ਨਹੀਂ ਕਰਦੇ ਨਹੀਂ ਨਹੀਂ ਭਾਈ ਕਿਹੜਾ ਨਹੀਂ ਕਰਦਾ ਜਾਣ ਕੇ ਕਿਹਦਾ ਨਹੀਂ ਦਿਲ ਕਰਦਾ ਉਹਦਾ ਦੀ ਤਰਕ ਨਾ ਭਾਈ ਆਪੋ ਆਪਣਾ ਕੰਮ ਹੈ ਜਿਹੜਾ ਕੰਮ ਨੂੰ ਕਿਹੜਾ ਜਿਹੜਾ ਕੰਮ ਤੋਂ ਭੱਜੂ ਭਾਈ ਇੱਥੇ ਖੇਡਣ ਗੁਰੂ ਘਰ ਤਰਸਦੇ ਆ ਉਦਣ ਭਾਈ ਇੰਨਾ ਕੀ ਮੋਢਾ ਤਾਂ ਜਾਂਦਾ ਸੀ ਜਿੱਦਾਂ ਇਹਦਾ ਪੂਰਾ ਹੁਣ ਹੁਣ ਇੱਦਾਂ ਜਾਣ ਲੱਗਾ ਉਦਣ ਇੱਥੋਂ ਤੱਕ ਹੀ ਜਾਂਦਾ ਸੀ ਆਹ ਹੀ ਬੰਦੇ ਅਸੀਂ ਮੋਟਰਸਾਈਕਲਾਂ ਤੇ ਜਾਂਦੇ ਹੁੰਦੇ ਨਾਲੇ ਮੇਲਾ ਦੇਖ ਕੇ ਆਉਣਾ ਨਾਲੇ ਘੱਟਾ ਖਾ ਕੇ ਆਉਣਾ ਇਹਨੂੰ ਕੁਛ ਜਾਣਾ ਸੀ ਅਰਸਾ ਲਈ ਦੁੱਲੇ ਸਾਡੇ ਦੀ ਗਰਾਰੀ ਹੋਣੀ ਕਦੀ ਉਹਨੇ ਰਾਤ ਨੂੰ 2 ਵਜੇ ਤੋਰ ਲੈਣਾ ਰਾਤ ਨੂੰ ਕਦੀ 1 ਵਜੇ ਜਿੱਦਾਂ ਜਿੱਦਾਂ ਤੁਰ ਪੈ ਜਦੋਂ ਦਿਮਾਗ 'ਚ ਆ ਕੇ ਤੁਰ ਪੈਣਾ ਠੀਕ ਆ ਅਤੇ ਉੱਥੇ ਇਕੱਲਾ ਮੇਲਾ ਦੇਖ ਕੇ ਟੂਰਨਾਮੈਂਟ ਦੇਖ ਕੇ ਆਉਣਾ ਬਸ ਜੇ ਆਪਾਂ ਉਦੋਂ ਇੱਦਾਂ ਜਾ ਸਕਦੇ ਤਾਂ ਹੁਣ ਤਾਂ ਮਹਾਰਾਜ ਦੀ ਕਿਰਪਾ ਸੀ ਅਤੇ ਆਪਾਂ ਐਤਕੀ ਨਾ ਜਾਂਦੇ ਦੱਸ ਬਾਈ ਚੱਲ ਮਾਤਾ ਲੱਭੀ ਆ ਜਿੱਦਾਂ ਬਹੁਤ ਚੰਗੀ ਆ ਇਹਨੇ ਮੇਰੀ ਮੰਮੀ ਦੀ ਫੋਟੋ ਲਿਆਂਦੀ ਆ ਕੁੜੀ ਆ ਮੇਰੇ ਪਰ ਮੈਂ ਲਾਦਾ ਮੰਮੀ ਦਾ ਤੇਰੀ ਮਾਤਾ ਦੀ ਆਓ ਮੋਢਾ ਨਾ ਦੋਦਾਂ ਦਾ ਵੀ ਮਾਰ ਦੇਣੀ ਸਾਡੀ ਤਾਂ ਭਾਈ ਇੰਨੇ ਲੈ ਲਈਏ ਭਾਈ ਕੋ ਖਾਣ ਨੂੰ ਬਥੇਰਾ ਕੁਛ ਹੈ ਇੱਥੇ ਖਾ ਲੈਂਦੇ ਘਰੇ ਜਾ ਕੇ ਮੈਂ ਠੀਕ ਨੀ ਗਾ ਮੈਂ ਕਿਹਾ ਬੁਲਟਾ ਆਪਣਾ ਤਾਂ ਔਖਾ ਹੀ ਆ ਤੇ ਮੈਂ ਸੌ ਗਿਆ ਕਹਿੰਦਾ ਇੱਕ ਖੇਲਾਂ ਵੀ ਮੈਂ ਸਵੇਰੇ ਗੱਡੀ ਵੀ ਮੈਂ ਚਲਾਵਾ ਰਾਤ ਨੂੰ ਵੀ ਗੱਡੀ ਮੈਂ ਚਲਾਵਾ ਸੋਣਾ ਤੁਸੀਂ ਸਾਰੇ ਯਾਰ ਇੱਕ ਟੋਨੀ ਗੱਲ ਆ ਦੇਖ ਲਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਹਨਾ ਭਾਈ ਮਾਰਾ ਇਨਾਮ ਮਿਲਣਾ ਮਾਰਾ ਭਾਜੀ ਵੇਖ ਹੁਣ ਸਾਡੇ ਲੋਕੀ ਤਰਸਦੇ ਆ ਇਸ ਮੁਕਾਮ ਤੱਕ ਪਹੁੰਚਣ ਨੂੰ ਸਾਡੀ ਟੀਮ ਭਾਈ ਬਹੁਤ ਵਧੀਆ ਸੀ ਜਿਹਦਾ 70-80 ਕਿਲੋ ਤੱਕ ਜਿੱਦਾਂ ਤੁਹਾਨੂੰ ਦੱਸਿਆ ਵੀ ਹਰ ਕੋਈ ਨਹੀਂ ਤਕੜਾ ਹੋ ਸਕਦਾ ਜੇ ਹੁਣ ਹਰ ਕੋਈ ਤਕੜਾ ਹੋਣ ਲੱਗ ਪਿਆ ਤਾਂ ਵੀ ਨਹੀਂ ਪਰਮਾਤਮਾ ਵੀ ਕਿਹਨੂੰ ਕਹੂਗਾ ਵੀ ਲਾਲਾ ਸਾਹਿਬ ਵੀ ਇਹ ਤਕੜਾ ਹੋ ਗਿਆ ਠੀਕ ਆ ਦੁੱਲਾ ਤਕੜਾ ਹੋ ਗਿਆ ਦੋ ਠੀਕ ਆ ਹੁਣ ਕਈਆਂ ਦੇ ਵਿੱਚੋਂ ਸੱਟਾਂ ਲੱਗ ਕੇ ਕਹਿ ਦੋ ਹੁਣ ਕੋਈ ਰੱਬ ਵੀ ਕੋਈ ਵਿਅਰਥ ਬਣਾਉਂਦਾ ਵਾ ਕੋਈ ਇੱਦਾਂ ਥੋੜ੍ਹਾ ਹੁਣ ਰੱਬ ਥੋੜ੍ਹਾ ਕਹਿੰਦਾ ਵੀ ਮੈਂ ਤੈਨੂੰ ਮਾੜਾ ਕਰਤਾ ਸਹੀ ਗੱਲ ਇਹ ਹੁਣ ਭਾਈ ਇਹਦੇ ਵੀ ਸੱਟ ਲੱਗਦੀ ਆ ਪਰ ਇਹ ਰਿਕਵਰੀ ਬਹੁਤ ਕਰਦਾ ਜਿਵੇਂ ਡਾਕਟਰ ਨੇ ਸਾਨੂੰ ਕਿਹਾ ਵੀ 15 ਦਿਨ ਇਹਨੇ 20 ਦਿਨ ਨਹੀਂ ਖੇਲਣਾ ਉਹਨੇ ਕਹਿਣਾ ਵੀ ਇਹ ਦਵਾਈ ਦਾ ਬੜਾ ਪੱਕਾ ਵਾ ਜੇ ਕਿੱਦਾਂ ਹੁਣ ਕਈ ਗੱਲ ਹੀ ਕਰ ਜਾਂਦੇ ਦਵਾਈ ਨਹੀਂ ਖਾਣੀ ਇਹਨੇ ਦਵਾਈ ਨਾਲ ਗੱਡੀ 'ਤੇ ਪੱਕੀ ਰੱਖਣੀ ਦਵਾਈ ਰੱਖ ਲਈ ਉਹਨੇ ਕਹਿਣਾ ਲੈ ਖਾਈਏ ਰਾਤ ਨੂੰ ਵੀ ਖਾਣੀ ਦਿਨੇ ਵੀ ਖਾਣੀ ਜਿੱਦਾਂ ਹੁਣ ਅਸੀਂ ਜਾਂਦੇ ਰਹੇ ਜਿੱਦਾਂ ਇਹਨੇ ਸੱਟ ਲੱਗੀ ਗੀ ਸਵੇਰੇ ਇਹਨਾਂ ਨੇ ਗਿਆਨੀ ਨੇ ਅਤੇ ਯੂਵੀ ਨੇ ਬਰਫ਼ ਮਾਰ ਲਈ ਅੱਧਾ ਘੰਟਾ ਸਵੇਰੇ ਇਹਨਾਂ ਦੇ ਫਿਰ ਘਰੋਂ ਜਾਣਾ ਇਹਨੇ ਜਿੱਦਾਂ ਫਿਰ ਰਾਤ ਨੂੰ ਵੀ ਆ ਗਏ ਜਿੱਦਾਂ ਜਿੱਥੇ ਮਰਜ਼ੀ ਚੱਲ ਜਾਈਏ ਭਾਵਾਂ 2 ਵਜਣ 1 ਵਜਣ ਫਿਰ ਅੱਧਾ ਘੰਟਾ ਰਾਤ ਨੂੰ ਇਹਨਾਂ ਨੇ ਬਰਫ਼ ਮਾਰ ਲਈ ਫਿਰ ਉਹਨਾਂ ਨੇ ਘਰੇ ਜਾਣਾ ਨਹੀਂ ਆਪਣੇ ਕਹਿੰਦਾ ਪਿਆ ਕਹਿੰਦਾ ਮੈਂ ਆਪਣੇ ਵੱਲੋਂ ਭਾਅ ਜੀ ਕੋਸ਼ਿਸ਼ ਕੀਤੀ ਵੀ ਉੱਥੇ ਖੇਡਾਂ ਹਾਂ ਕਹਿੰਦਾ ਬਟ ਮੇਰੇ ਕੋਲ ਖੇਡ ਨਹੀਂ ਹੋਇਆ ਭਾਈ ਦੋਦਾ ਹੈਗਾ ਦੋਦਾ ਸੀ ਇਹਨੇ ਲਾ ਕੇ ਦੇਖਿਆ ਬਣੀ ਨਹੀਂ ਗੱਲ ਬਾਕੀ ਯਾਰ ਭਾਈ ਤੈਨੂੰ ਪਤਾ ਹੀ ਕੋਈ ਨਹੀਂ ਮਾਰਾ ਉਹ ਖਾਣ ਨੂੰ ਹੀ ਉਹਨੇ ਮੇਰੇ ਸਾਹ ਕਹਿ ਲਿਆ ਹੋਣਾ ਭਾਈ ਉਹਨੇ ਕੌਣ ਨਾ ਕਹਿ ਲਿਆ ਹੋਣਾ ਨਾ
ਆਹੀ ਆ ਭਾਈ ਸਾਰੀ ਦਿਨ ਸਿਸਟਮ ਕਰਨਾ ਕਿ ਉੱਠਣਾ ਵਾ ਖਾਣਾ ਹੀ ਆ ਬਸ ਘੁੰਮ ਘੁੰਮ ਕੇ ਪੜ੍ਹਾਈ ਚ ਇਹਨੂੰ ਫਸਟ ਹੀ ਆਉਂਦਾ ਰਿਹਾ ਪਿੱਛੋਂ ਤਾਂ ਕਰਕੇ ਉਹ ਲੋਕੀ ਕਹਿੰਦੇ ਵੀ ਸਾਡਾ ਰਿਪਲਾਈ ਨੀ ਕਰਦਾ ਰਿਪਲਾਈ ਕੀ ਕਰਿਆ ਉਹਨੂੰ ਤੁਸੀਂ ਬੋਲ ਕੇ ਮੈਸੇਜ ਕਰ ਦੋ ਉਹ ਬੋਲ ਕੇ ਰਿਪਲਾਈ ਕਰ ਦਿੰਦਾ ਵਾ ਹਾਂ ਤੇ ਬਾਕੀ ਜਿੱਦਾਂ ਭਾਜੀ ਇਹ ਜਿਹੜਾ ਮੈਨੂੰ ਫੋਨ ਕਰੇ ਜਿੱਦਾਂ ਵੀ ਭਾਈ ਉਹਨਾਂ ਗੱਲ ਕਰਨੀ ਬੁਲਟ ਨਾਲ ਹੁਣ ਜਿੱਦਾਂ ਹੁਣ ਆਪਾਂ ਇਕੱਠੇ ਹਾਂ ਮੈਂ ਇਹਦਾ ਫੋਨ ਇਹ ਹੁਣ ਇਹਨੂੰ ਮੈਂ ਚੱਕ ਕੇ ਫੋਨ ਲਾ ਕੇ ਉਹਨੂੰ ਫੜਾ ਦਿੰਦਾ ਮੈਂ ਬੁਲਟ ਗੱਲ ਕਰ ਲਾ ਉਹ ਭਾਈ ਗੱਲ ਹੋਰ ਹੋ ਜਾਂਦੀ ਉਸੇ ਟਾਈਮ ਗੱਲ ਕਰ ਲੈਂਦਾ ਤੇ ਜਿੱਦਾਂ ਸ਼ਾਮੇ ਅਗਲੇ ਨੇ ਮੈਸੇਜ ਕਰਨਾ ਇਹਨੇ ਗੱਲ ਹੀ ਕਰ ਲੈਣੀ ਕਰ ਲਾਂਗੇ ਮੈਂ ਨਾ ਇਹਨੂੰ ਨਾ ਟੈਕਸਟ ਮੈਸੇਜ ਕੀਤਾ ਹਾਂਜੀ ਮੈਂ ਕਿਹਾ ਬੁਲਟ ਆਪਣਾ ਨੰਬਰ ਭੇਜੀ ਇਹਨੂੰ ਸਮਝ ਨਹੀਂ ਲੱਗੀ ਇਹਨੇ ਲਿਖਤਾ ਓਕੇ ਭਾਜੀ ਮੈਂ ਸਾਲਾ ਦੋ ਦਿਨ ਵੇਟ ਕਰ ਤੇ ਮੈਂ ਕਿਹਾ ਇਹਨੇ ਨੰਬਰ ਨਹੀਂ ਭੇਜਿਆ ਉਧਰਲੇ ਪਾਸੇ ਹੋ ਜਾਂਦਾ ਚੱਲ ਕੋਈ ਪੜ੍ਹ ਕੇ ਟੀਚਰ ਲਾ ਜਾਂਦਾ ਕੋਈ ਕੁਛ ਕਰ ਲੈਂਦਾ ਜਾਂ ਉਹ ਵੀ ਕਰ ਲੈਂਦਾ ਪਰ ਜਿਹੜਾ ਹੁਣ ਭਾਈ ਟੀਚਰ ਲੱਗਾ ਵਾ ਜਾਂ ਕੋਈ ਵੀ ਆ ਸਿਸਟਮ ਉਹਦਾ ਇੰਨਾ ਨਾ ਥੋੜਾ ਹੋਣਾ ਪਿੰਡ ਚ ਹੀ ਪਤਾ ਉਹ ਟੀਚਰ ਲੱਗਾ ਕੋਈ ਹੁਣ ਆਪਾਂ ਐਵੇਂ ਜਿੱਥੇ ਮਰਜ਼ੀ ਗਏ ਵੀ ਏਦਾਂ ਉਦਾਂ ਬੁਲਟ ਐਂ ਜੋ ਭਾਈ ਤੂੰ ਦੇਖ ਥਾਰ ਜਿੱਤੀ ਜੀਪ ਜਿੱਤੀ ਜਿੱਦਾਂ ਲਗਾਤਾਰ ਹੀ ਬਹੁਤ ਚੀਜ਼ਾਂ ਜਿੱਤੀਆਂ ਸਾਡਾ ਇੱਕ ਮਿੱਤਰ ਆ ਚੱਲ ਨਾ ਆਪਣਾ ਨਾ ਮਿੱਤਰ ਹੀ ਆ ਉਹ ਭਰਾ ਹੀ ਆਪਣਾ ਉਹ ਚੱਲ ਮਾੜੀ ਮੋਟੀ ਊਚ ਨੀਕ ਹੋਈ ਹੋਈ ਆ ਹੁਣ ਵੇਲਾ ਭਾਈ ਇਹਨੂੰ ਇੰਨੇ ਮੈਸੇਜ ਆਉਂਦੇ ਜਿੱਦਾਂ ਵੀ ਮੁਬਾਰਕਾਂ 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 ਤੇ ਰਾਤੀ ਇਹਨੇ ਗੱਲ ਕੀਤੀ ਉਹਨੇ ਮੈਨੂੰ ਮੈਸੇਜ ਨਹੀਂ ਕੀਤਾ ਬਸ ਕਹਿੰਦਾ ਵੇਲਾ ਇੰਨੀ ਦੁਨੀਆਂ ਦੇ ਵਿੱਚ ਕਿੰਨਿਆਂ ਨੇ ਮੈਸੇਜ ਕੀਤੇ ਭਾਈ ਕਿੰਨੇ ਕਮੈਂਟ ਆ ਗਏ ਬੋਲਟਾ ਕਿੰਨੀਆਂ ਸਟੋਰੀਆਂ ਪਈਆਂ ਨਾ ਵੀ ਪਰ ਇਹਦੇ ਮਨ ਚ ਇਹੀ ਵੀ ਜਿਹੜਾ ਮੇਰੇ ਨਾਲ ਹੀ ਮੈਨੂੰ ਉਹਨੇ ਨੀ ਮੈਸੇਜ ਕੀਤਾ ਬਾਕੀ ਇਹਨੇ ਮਰਜ਼ੀ ਕਰਤਾ ਚੱਲ ਉਹਨਾਂ ਧੰਨਵਾਦ ਹਾਂ ਵੇਲਾ ਉਹਨੇ ਇਹਨੇ ਕਿਹਾ ਰਾਤੀ ਉਹਨੇ ਰਾਤੀ ਇਕੱਠੇ ਕੇ ਕਹਿੰਦਾ ਵੀ ਮੈਨੂੰ ਉਹਨੇ ਮੈਸੇਜ ਨੀ ਕੀਤਾ ਵੀ ਕਿੰਨੇ ਦਿਨਾਂ ਬਾਅਦ ਗੱਲ ਦੱਸੀ ਆਪਣੇ ਮਨ ਚ ਰੱਖੀ ਵੀ ਯਾਰ ਉਹਨੇ ਮੈਨੂੰ ਮੈਸੇਜ ਦਿੱਤਾ ਸਤਿ ਸ਼੍ਰੀ ਅਕਾਲ ਜੀ ਰੋਟਾਵੇਟਰ ਕਿੰਨੇ ਫੁੱਟਾਂ ਲਿਆ ਇਹਨੂੰ ਪਤਾ ਹੋਊ ਭਾਈ ਹੈਂਬਲਟ ਕਿੰਨੇ ਫੁੱਟ ਭਾਜੀ ਨੋ ਟਰਾਲੀ ਲੈਣੀ ਨਾ ਆਪਣੀ ਬੁਲਟ ਆੜੀ ਅੱਛਾ ਅੱਜ ਹੀ ਵਿਸ਼ੀ ਆ ਕਣਕ ਹਾਂਜੀ ਆਹ ਜਿੱਥੇ ਹੱਥ ਜਾਂਦਾ ਆਪਣੀ ਨਿਗੀ ਏਦਾਂ ਕਹਿਣਾ ਆਪਾਂ ਹਾਂ
ਦੇਖ ਲਾ ਚੋਂ ਪੰਜਾਂ ਮਹੀਨਿਆਂ ਦੀ ਮਿਹਨਤ ਹਨਾ ਇੱਕ ਘੰਟੇ ਦੇ ਵਿੱਚ ਵਿੱਚ ਹੀ ਦੇਖ ਲਾ ਰੱਬ ਨੇ ਕੀ ਕਰਤਾ ਚੱਲਦਾ ਸ਼ੂਗਰ ਦਾ ਗੜੇ ਨਹੀਂ ਪਏ ਰੋਪੜ ਵਾਲੀ ਸਾਈਡ ਤੇ ਗੜੇ ਵੀ ਪਏ ਸਾਡੇ ਤੇ ਪਏ ਤਾਂ ਥੋੜੇ ਥੋੜੇ ਪਏ ਆ ਪਰ ਇੰਨਾ ਭਾਈ ਚੱਲ ਇਹ ਵੀ ਸ਼ੂਗਰ ਆ ਵੀ ਫੇਕ ਇਹਦਾ ਸਾਰੀ ਦੁਨੀਆ ਦੇ ਨਾਲ ਹੀ ਆ ਆਪਾਂ ਕਿਹੜਾ ਇਕੱਲੇ ਆ ਉਹ ਜਿਹੜਾ ਨਕਲੀ ਗਈ ਆ ਹਾਏ ਹਾਏ ਮੈਂ ਕਿ ਤੂੰ ਕਿੱਥੋਂ ਲੈ ਨਕਲੀ ਪਟਾਸ ਵਾਲਾ ਲਿਆਂਦਾ ਭਾਈ ਨਾ ਪਟਾਸ ਵਾਲਾ ਪਿਸਤੌਲ ਕਹਿੰਦਾ ਮੈਂ ਕਿ ਆਵੇ ਲੈਂਦਾ ਵਾ ਲਾਇਸੈਂਸੀ ਬਣਾ ਕੇ ਮੈਨੂੰ ਬਥੇਰਾ ਕਿਹਾ ਮੈਂ ਕਹੂ ਤੈਨੂੰ ਕਹੋ ਬਾਅਦ ਟੋਚਨ ਪਾਉਣ ਲੱਗ ਪੈਂਦਾ ਦੇਸੀ ਪਾਉਣ ਡਿਆ ਉਹਨੂੰ ਸਾਰਾ ਦੇਸੀ ਕਰਨਾ ਉਹਨੂੰ ਵੱਡੀਆਂ ਨੂੰ ਪੈਂਦੇ ਆ ਵੱਡੀਆਂ ਨੂੰ ਬਾਹਰ ਕਹਿੰਦਾ ਮੈਂ ਵੀ ਅਖੇ ਚੱਲਿਆ ਵਾ ਲੈ ਕੇ ਤੇ ਮੈਂ ਵੀ ਬਲਦਾ ਕੇ ਲਿਆਉਣੀਆਂ ਮੈਂ ਕਿਹਾ ਤੂੰ ਹੀ ਲਾਇਆ ਠੇਕੇ ਦੇ ਵਿੱਚ ਉਹ ਇੱਕ ਸਕੀਮ ਜਿਹਾ ਦੱਸੀ ਹੁਣ ਜਿਹੜੇ ਟਰੈਕਟਰ ਕਿਰਾਏ ਤੇ ਵਾਹੁੰਦੇ ਆ ਨਾ ਉਹਨਾਂ ਨੇ ਤਾਂ ਗਾਂ ਦੀ ਗਾਂ ਆਹ ਪਾ ਲਓ ਜੀ ਇਹ ਦੌੜਦਾ ਬੜਾ ਆਹ ਪਾ ਲਓ ਬੜੀ ਉਹ ਹੀ ਉਹ ਇੱਕ ਨੂੰ ਕਹੀ ਜਾਵੇ 40,000 ਦਾ ਕਿਸ ਵਿੱਚ ਪਾਉਣਾ ਪੁਰ ਜਾ ਮੈਂ ਕਿਹਾ ਹੁਣ ਪਿਆ ਹੀ ਨਹੀਂ ਤੂੰ ਕਹਿ ਭਾਈ ਮੇਰੀ ਗੱਲ ਸੁਣ ਇਹ ਜਿੱਦਾਂ ਇਹ ਬਾਹਰ ਜਾਇਆ ਵਾ ਮਾਤਾ ਦੋ ਦਿਨ ਘਰੋਂ ਬਾਹਰ ਚੱਲ ਜਾਵੇ ਨਾ ਆਪਾਂ ਚਾਦਰ ਨੀ ਵਿਛਾਈਦੀ ਕੱਪੜੇ ਕੌਣ ਧੋ ਕੇ ਦੋ ਸਾਰਾ ਕੁਝ ਮਾਂ ਕਰ ਦਿੰਦੀ ਕੋਈ ਬਗਾਨੀ ਨੂੰ ਕਹਿ ਕੇ ਦੇਖ ਕੇ ਗਿਆ ਨੂੰ ਜਿਹੜੀ ਸਮਾਈਲ ਹੈ ਨਾ ਹੋਰ ਗੱਲਾਂ ਕਰ ਜਿਹੜੀ ਸਮਾਈਲ ਫੋਟੋ ਭੇਜੀ ਵੀ ਨਾਲ ਆਈ ਮੈਂ ਵੀ ਖਲੋਤਾ ਡੈਡੀ ਦੇ ਮੰਮੀ ਆਪਣੇ ਇਹਨੂੰ ਵੀ ਇਹੀ ਕਿਹਾ ਇਹਨੇ
ਟੋਨੀ ਨੂੰ ਵੀ ਕਿਹਾ ਆਹੋ ਮੈਂ ਇਹਦਾ ਭਾਈ ਪਹਿਲਾਂ ਤਾਂ ਮੇਰੀ ਗੱਲ ਸੀਰੀਅਸ ਨਹੀਂ ਲੈਂਦਾ ਮੈਂ ਜਦੋਂ ਮੈਂ ਦੂਜੀ ਵਾਰ ਗੱਲ ਕਵੇ ਨਾ ਫਿਰ ਮੈਂ ਕਹਿੰਦਾ ਨਾ ਪਤਾ ਨਹੀਂ ਲੱਗ ਗਿਆ ਮੈਨੂੰ ਮੈਂ ਕਿਹਾ ਇਹੋ ਕੰਮ ਕਰਨਾ ਇਹਨੇ ਮੈਂ ਕਿਹਾ ਜੱਗ ਆਪਾਂ ਨਾ ਮਾਰ ਕੰਮ ਦੱਸ ਠੀਕ ਆ ਨਹੀਂ ਨਹੀਂ ਛੇਤੀ ਹੁਣੇ ਹੀ ਖਿੱਚ ਕੇ ਭੇਜ ਦੇ ਮੈਂ ਕਿਹਾ ਕੋਈ ਪੁਰਾਣੀ ਹੈ ਨਹੀਂ ਮੈਂ ਤਾਂ ਇਹ ਸੋਚਦਾ ਚੱਲ ਆਪਣੇ ਤੋਂ ਸਾਰੇ ਸਿਆਣੇ ਆ ਵੀ ਜਦੋਂ ਸਮਝ ਲਾ ਸਵੇਰੇ ਦਿਨ ਚੜ੍ਹਦਾ ਵਾ ਆਪਣਾ ਜਾਣ ਹੋ ਗਿਆ ਜਿੱਦਾਂ ਪੂਰੀ ਦੁਪਹਿਰ ਲੱਗੀ ਆਪਾਂ ਨੂੰ ਜਵਾਨੀ ਚੜ੍ਹ ਗਈ ਠੀਕ ਆ ਉਹ ਬਾਅਦ ਚੋਂ 11-12 ਵੱਜਦੇ ਆ ਫਿਰ 1-2-3 ਵਜੇ ਢਲਣਾ ਪੈਂਦਾ ਕੰਮ ਇੱਦਾਂ ਆਪਣੀ ਜ਼ਿੰਦਗੀ ਆ ਜਦੋਂ ਜੋ ਹੁੰਦਾ ਚੜ੍ਹਦਾ ਵਾ ਜਦੋਂ ਕਹਿੰਦਾ ਸੂਰਜ ਪੂਰਾ ਆ ਠਾਠਾ ਮਾਰਦਾ ਸੂਰਜ ਕਹਿੰਦਾ ਮੈਂ ਹੀ ਹਾਂ ਇਹ ਹੋ ਜਾਂਦਾ ਭਾਈ ਹਰ ਕਾਨੂੰਨੀ ਹੁਣ ਤੈਨੂੰ ਦੱਸਿਆ ਵੀ ਉਹ ਕਹਿੰਦਾ ਸੀ ਨਾ ਜਿਹੜਾ 4 ਕਮਰਿਆਂ 'ਚ ਉੱਠ ਕੇ ਕਰੂਗਾ ਮਜ਼ਾ ਤਾਂ ਲੈਣਾ ਹੀ ਆ ਭਾਈ ਉਹਨੇ ਹੁਣ ਕਈਆਂ ਨੇ ਭਾਈ ਥਾਰ ਮੁੱਲ ਲਈ ਆ ਅਤੇ ਜਦੋਂ ਅਸੀਂ ਸ਼ਹਿਰ ਵਿੱਚ ਦੀ ਥਾਰ ਲੈ ਕੇ ਲੰਘੀ ਤਾਂ ਸਾਰੇ ਮੁੜ ਮੁੜ ਦੇ ਹੋਰ ਵੀ ਥਾਰਾਂ ਘੁੰਮਦੀਆਂ ਸੀ ਸ਼ਹਿਰ 'ਚ ਪਰ ਇਹ ਲੱਗ ਨਾ ਨਾਲੇ ਭਾਈ ਚੱਕਰ ਇਹ ਆ ਮੁੱਲ ਹਰ ਕੋਈ ਲੈ ਸਕਦਾ ਹਾਂ ਪਰ ਇਦਾਂ ਨਹੀਂ ਨਾ ਲੈ ਇਦਾਂ ਨਹੀਂ ਹੋਣੀ ਹਰ ਕੋਈ ਲੈ ਸਕਦਾ ਭਾਈ ਉਹ ਚੋਣ ਵਾਲੇ ਭਾਈ ਦੇਖੇ ਇਹਨਾਂ ਨੂੰ ਆਸਾਂ ਹੁੰਦੀਆਂ ਭਾਜੀ ਹੁਣ ਆਪਾਂ ਨੂੰ ਨਹੀਂ ਕਿਹਾ ਇਤਿਹਾਸ ਹੁੰਦੀ ਵੀ ਜਿੱਦਾਂ ਲਾਲਾ ਸਾਹਿਬ ਵੀ ਹੁਣ ਕਿਤੇ ਲਾਲਾ ਵੀ ਜਿੱਦਾਂ ਹੁਣ ਆਪਾਂ ਨੂੰ ਹੀ ਉੱਥੇ ਵਾਗੜੀਆਂ ਵੀ ਬੋਲਟੀ ਨਿਕਲੇ ਬੋਲਟੀ ਨਿਕਲੇ ਆਪਾਂ ਨੂੰ ਇਹ ਹੀ ਵੀ ਬੋਲਟੀ ਨਿਕਲ ਜਾਏ ਨਿਕਲ ਹੀ ਜਾਵੇ ਕਿਸੇ ਤਰੀਕੇ ਨਿਕਲ ਜਾਵੇ ਜਿੱਦਾਂ ਮਰਜ਼ੀ ਉਹ ਜਦੋਂ ਟੁੱਟਦੀ ਬੰਦੇ ਨੂੰ ਦੁੱਖ ਤਾਂ ਲੱਗਦਾ ਹੀ ਹਰ ਇੱਕ ਨੂੰ ਲੱਗਦਾ ਚੱਲ ਭਾਈ ਬਾਂਟੀ ਨਿਕਲ ਗਿਆ ਉਹਦੇ ਕਰਮਾਂ ਤੇ ਜਿਹਨੂੰ ਜਿਹੜਾ ਬਾਂਟੀ ਭਾਈ ਨੂੰ ਪਿਆਰ ਕਰਦਾ ਉਹਨੇ ਕਿਹੜਾ ਬਾਂਟੀ ਨਿਕਲੇ ਹੁਣ ਏਰੀਏ 'ਚ ਜਿੱਦਾਂ ਹੁਣ ਜੋਧੇ ਭਾਈ ਨੇ ਇੰਨਾ ਕੁਝ ਜਿੱਤਿਆ ਵਾ ਇੱਥੇ ਵੀ ਘੁੰਮਦਾ ਹੁੰਦਾ ਜਦੋਂ ਮਰਜ਼ੀ ਵਾਰ ਵਾਰ ਨੂੰ ਕਹੀ ਜਾਂਦਾ ਹੁਣ ਆ ਜਾਣਾ ਹਾਂ ਇਦਾਂ ਵਾ ਭਾਈ ਸਿਸਟਮ ਕੱਲ ਭਾਈ ਕੱਲ ਪਰਸੋਂ ਇੱਥੇ ਹੀ ਭਾਈ ਅੱਡੇ ਤੇ ਅੱਛਾ ਅਸੀਂ ਗਏ ਸੀ ਫਿਰ ਅਨੰਦਪੁਰ ਸਾਹਿਬ ਗਏ ਸੀ ਤਾਂ ਜਦੋਂ ਅੱਡੇ ਤੇ ਆਪਣੇ ਵੱਲ ਦੀ ਇੱਧਰ ਹੀ ਲੰਘਦੇ ਆ ਨਾ ਫੋਨ ਲਾਉਂਦਾ ਹੀ ਲਾਉਂਦਾ ਭਾਜੀ ਇਹ ਨਹੀਂ ਕਿ ਕਿਤੇ ਉੱਦਾਂ ਲੰਘ ਗਿਆ ਤੇ ਮੈਨੂੰ ਕਹਿੰਦਾ ਬੁਲਟ ਕਿੱਥੇ ਆ ਮੈਂ ਕਿਹਾ ਭਾਈ ਅਸੀਂ ਤਾਂ ਇੱਥੇ ਆਏ ਪਏ ਕਹਿੰਦਾ ਮੈਂ ਅੱਡੇ ਦੇ ਖਲੋਤਾ ਸੀ ਤੇਰੇ ਤੇ ਕਿ ਮੈਂ ਕਿਹਾ ਚੱਲ ਮਿਲ ਕੇ ਚੱਲਦੇ ਆ ਇੱਕ ਵਾਰੀ ਨਹੀਂ ਬਥੇਰੀ ਵਾਰੀ ਭਾਜੀ ਇੱਦਾਂ ਕੀਤਾ ਭਾਈ ਇੱਧਰ ਭਾਈ ਚੈਂਪੀਅਨਸ਼ਿਪ ਤਾਂ ਪਹਿਲਾਂ ਦੇਣੀ ਉਦੋਂ ਹੀ ਭਾਈ ਹੁਣੀ ਘਰੇ ਆਏ ਭਾਈ ਬੈਠੇ ਰਹੇ ਭਾਈ ਹੁਣੀ ਮੈਂ ਕਿਹਾ ਆਜੋ ਭਾਈ ਲੈ ਕੇ ਜਾਣਾ ਤੈਨੂੰ ਨਾਲ ਲੈ ਕੇ ਜਾਣਾ ਪਰ ਉਦੋਂ ਵੀ ਇਹੀ ਦਾ ਮੁੱਢਾ ਵਿਖਾਉਣ ਜਾਣਾ ਸੀ ਜੋ ਵੀ ਸੈੱਟ ਦਵਾਈ ਮੁੱਕ ਗਈ ਇਹਦੀ 10 ਦਿਨ ਨੇ ਖਾਲੀ ਫੇਰ ਵਿਖਾਉਣ ਜਾਣਾ ਸੀ ਭਾਈ ਉਹ ਡਾਕਟਰ ਨੇ ਭਾਈ ਕਿਹਾ ਸੀ ਕਹਿੰਦਾ ਆ ਜੀ ਵਿੱਚ ਦਰਦ ਦਾ ਟੀਕਾ ਜਿਹਾ ਭਰਦਾਂਗੇ ਉਹ ਫਿਰ ਉਦਣ ਟਾਈਮ ਨਹੀਂ ਤਾਂ ਫਿਰ ਮੈਂ ਕਿਹਾ ਮੈਂ ਉੱਥੇ ਜਾਇਆ ਵਾਂ ਅਤੇ ਮੈਂ ਕਿਹਾ ਭਾਈ ਅਗਲੇ ਦਿਨ ਚੱਲ ਜਾਵਾਂਗੇ ਫਿਰ ਅਗਲੇ ਦਿਨ ਭਾਈ ਆ ਹੀ ਗਿਆ ਸੀ ਅਤੇ ਭਾਈ ਸਵਾਦ ਹੀ ਆ ਬੋਲਟਾ ਕਬੱਡੀ ਦਾ ਦੱਸ ਮੈਂ ਤਾਂ ਕਹਿੰਦਾ ਦੁਬਈ ਨਹੀਂ ਲੈਣਾ ਸੀ ਇੱਦਾਂ ਫਰੀ 'ਚ ਸਹੀ ਗੱਲ ਸਹੀ ਗੱਲ ਆ ਬੋਲਟਾ ਨੇ ਆਸਟ੍ਰੇਲੀਆ ਨੂੰ ਮੈਚ ਖੇਲਣ ਆਉਣਗੇ ਮਿਹਨਤ ਕਰਕੇ ਹੋਇਆ ਕੋਈ ਵੀ ਤਗੜਾ ਹੋਇਆ ਸੁਲਤਾਨ ਭਾਈ ਲੁੱਧਰ ਭਾਈ ਨੇ ਤਗੜੇ ਇੰਦਰਜੀਤ ਫਰਿਆਦ ਤਗੜੇ ਹੋਇਆ ਆਪਾਂ ਤਾਂ ਕਮੈਂਟ ਕਰਕੇ ਕਹਿ ਦੇਣਾ ਵੀ ਫਲਾਨਾ ਕੀਤਾ ਵਾ ਜਾਂ ਇੱਦਾਂ ਹੋ ਗਿਆ ਜਾਂ ਉੱਦਾਂ ਹੋ ਗਿਆ ਪਰ ਉਹ ਕਿੱਥੇ ਕਿੱਦਾਂ ਪਹੁੰਚਿਆ ਇੰਦਰਜੀਤ ਫਰਿਆਦ ਕਿਹੜੇ ਖਾਲਾ ਜੀ ਦਾ ਵਾੜਾ ਕਿਹੜਾ ਵਾ ਹੁਣ ਪਾਲੇ ਭਾਈ ਹੁਣ ਲਾਹਾ ਨਾ ਵੀ ਜੱਫਾ ਲਾਵੇ ਸਾਰੇ ਵੇਲੇ ਦੁਨੀਆ ਦੇਖਣ ਨੂੰ ਬੈਠੇ ਹੁੰਦੇ ਆ ਗਿਆ ਆ ਗਿਆ ਭਾਈ ਜਿਹੜਾ ਮੇਰੇ ਵਰਗਾ ਜਿੱਦਾਂ ਮਤਲਬ ਜਿਹੜਾ ਠੀਕ ਹੈ ਨਾ ਵਧੀਆ ਪੈਰਾਂ ਦੇ ਰੇਡਰ ਉਧਰ ਟੱਚ ਮਾਰ ਨਹੀਂ ਜਾਂਦਾ ਭਾਵੇਂ ਪਾਲਾ ਅਨ ਫੇਟੀ ਹੋਵੇ ਸਹੀ ਗੱਲ ਲੋਕ ਦੁਨੀਆ ਡਰਦੀ ਇੰਨੀ ਆ ਸਹੀ ਗੱਲ ਹੁਣ ਇਹਨੂੰ ਜਦੋਂ ਇਹ ਘੇਰੀ ਤੇ ਕੌਡੀ ਪਾਉਂਦਾ ਵਾ ਕਈ ਫੁੱਲ ਕੈੜੇ ਹੋ ਕੇ ਲੱਗਦੇ ਹੀ ਨਹੀਂ ਆ ਪਵੀ
ਝੂਠ ਬੋਲਿਆ ਜਿਦਾਂ ਹੁਣ ਖੇਲਦਾ ਜਿਦਾਂ ਸੱਟ ਮਾਰ ਲਾਗੀ ਮਾਰੀ ਕਿਸਮਤ ਚੱਲ ਰਿਹਾ ਕੁਛ ਵੀ ਖੇਲਦਾ ਹੀ ਭਾਈ ਸੁੱਤੇ ਉੱਠਣ ਤੋਂ ਪਹਿਲਾਂ 20 ਫੂਰ ਨਾਲ ਮੈਨੂੰ ਆਏ ਹੁੰਦੇ ਇਹਨੂੰ ਕਿੰਨੇ ਆਉਂਦੇ ਹੋ ਗਏ ਵੀ ਕਿੱਥੇ ਬਾਈ ਕਿੱਥੇ ਖੇਡਣਾ ਕਿੱਦਾਂ ਕਰਨਾ ਵੀ ਜਿੱਦਣ ਦੀ ਸੱਟ ਲੱਗੀ ਪਤਾ ਲੱਗਾ ਕਿਸੇ ਨਾ ਕੁੱਝਦਾ ਨਾ ਕਿਸੇ ਪਲੇਅਰ ਦਾ ਫੋਨ ਹੈ ਸਾਡੀ ਡੀ ਏ ਵੀ ਵਾਲੇ ਕਰਦੇ ਜ਼ਰੂਰ ਮੰਡੂ ਭਾਈ ਦਾ ਮਨਾਲੀ ਭਾਈ ਵੀ ਉੱਥੇ ਸਾਡਾ ਮੈਚ ਵਾ ਬੂਟਾ ਖੱਕ ਭਾਈ ਨੀ ਉੱਥੇ ਪਹੁੰਚ ਜਾਓ ਤੁਸੀਂ ਜਾ ਹੋਰ ਕਿਸੇ ਦਾ ਨੀ ਫੋਨ ਆਇਆ ਵੀ ਐਵੇਂ ਵੀ ਚੱਲੀਏ ਜਾਂ ਜੋਧੇ ਭਾਈ ਹੁਣੀ ਜਿੱਦਾਂ ਆਪਣੀ ਰੀਚ ਇਹ ਕਰ ਲੈਂਦੇ ਵੀ ਅੱਜ ਚੱਲੀਏ ਚੱਲੀਏ ਮੈਚ ਜਾਂਦੇ ਆ ਗੋਪੀ ਹਾਂ ਜੀ ਗੋਪੀ ਭਾਈ ਰਣਦੀਪ ਵੀਰ ਇਹਨਾਂ ਬਹੁਤ ਪਿਆਰ ਹੈ ਮਾਲ ਉਹਨੇ ਕਿਹਾ ਭਾਈ ਦਾ ਵੀ ਆਉਂਦਾ ਹੀ ਆਉਂਦਾ ਇਹਨੂੰ ਪੁੱਛਦਾ ਹੀ ਰਹਿੰਦਾ ਭਾਈ ਕਿ ਕਿੱਦਾਂ ਬੁਲਟਾ ਸੈੱਟ ਆ ਠੀਕ ਹੈ ਜਿੰਨਾ ਨਾਲ ਪਿਆਰ ਹੈ ਖੜਾਉਂਦਾ ਵਾ ਜਿੰਨਾ ਨਾਲ ਮੇਲੇ ਮਾਲ ਵੀ ਉਹਨੇ ਭਾਈ ਕਿਹਾ ਦਾ ਫੋਨ ਆਇਆ ਵੀ ਹਾਂ ਵੀ ਕਿੱਦਾਂ ਵੀ ਖੇਲੋਗੇ ਜਾਂ ਕੁਝ ਗੋਪੀ ਭਾਈ ਦੇ ਮੁੰਡੇ ਦਾ ਮੈਨੂੰ ਬੜਾ ਹੁੰਦਾ ਹਾਂ ਮੈਂ ਉਹਦਾ ਪੁੱਛਦਾ ਹੀ ਪੁੱਛਦਾ ਨਾ ਹਰ ਵਾਰੀ ਪਰਮਾਤਮਾ ਨੇ ਕਰਨਾ ਮਿੰਟ ਜੀ ਮੈਂ ਨਾ ਕਰਾਂ ਗੋਪੀ ਭਾਈ ਮੈਸੇਜ ਕਰ ਦਿੰਦਾ ਅੱਛਾ ਹੁੰਦੀ ਰਹਿੰਦੀ ਆ ਮੈਂ ਥੋੜੇ ਇੱਕ ਦੋ ਦਿਨਾਂ ਦੋ ਇੱਕ ਦਿਨਾਂ ਦੇ ਵਿੱਚ ਵਿੱਚ ਹੋ ਜਾਂਦੀ ਆ ਬਾਕੀ ਹਾਲ ਚੱਲਦਾ ਜਾਂ ਉਦਾਂ ਉਦਾਂ ਮਾੜੀ ਮੋਟੀ ਜਿਹੀ ਮੈਚਾਂ ਮੁੱਚਾਂ ਦਾ ਹੋ ਜਾਣਾ ਕਿ ਮੈਂ ਕਿਹਾ ਭਾਈ ਹੁਣ ਤਾਂ ਸੱਟ ਲੱਗੀ ਕਹਿੰਦੇ ਚੱਲ ਰਿਕਵਰੀ ਕਰ ਲਾ ਭਾਈ ਉਹਦਾ ਇੰਨਾ ਉਹ ਇਹ ਸਿਸਟਮ ਨੀਗਾ ਉਹ ਕਹਿੰਦਾ ਵੀ ਮੈਨੂੰ ਤੈਨੂੰ ਉੱਦਾਂ ਵਧੀਆ ਲੱਗਦਾ ਮੈਨੂੰ ਮੈਚਾਂ ਦਾ ਨੀ ਮਸਲਾ ਵੀ ਤੂੰ ਮੇਰਾ ਖੇਲ ਜਾਂ ਨਾ ਖੇਲ ਪਿਆਰ ਹੀ ਆ ਕਮਲੇ ਵੀ ਜਿੱਦਾਂ ਨਹੀਂ ਕੋਈ ਚੱਕਰ ਵੀ ਤੇਰੇ ਨਾਲ ਮੈਚਾਂ ਮੂਚਾਂ ਵਾਲਾ ਨਹੀਂ ਹੈਗਾ ਰੌਲਾ ਆਪਣੇ ਨਾ ਪਰ ਖੇਡੇ ਵੀ ਭਾਈ ਇਹੀ ਬੜਾ ਹੁੰਦਾ ਨਾ ਭਾਈ ਦਾ ਯਾਰ ਨਹੀਂ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਭਾਈ ਦਾ ਫੋਨ ਆਇਆ ਵੀ ਅਮਨ ਸ਼ੋਅ ਮੈਂ ਗਿਆ ਤੇ ਇਹ ਕਹਿੰਦਾ ਭਾਈ ਕਿੱਥੇ ਤੂੰ ਪਾ ਦੇ ਕਿਸੇ ਨੂੰ ਕੋਈ ਕਹਿੰਦਾ ਅਸੀਂ ਆ ਜਾਂਦੇ ਗੋ ਲੱਦੂ ਭਾਈ ਨਹੀਂ ਕਹਿੰਦਾ ਆਪਣਾ ਪ੍ਰੀਤ ਵਾਲੇ ਨੇ ਅੱਛਾ ਪ੍ਰੀਤ ਲੱਦੂ ਵਾਲਾ ਉਹਨੇ ਫੋਨ ਕੀਤਾ ਵੀ ਇਦਾਂ ਮੈਂ ਬੋਲਦਾ ਗੱਲ ਮੈਂ ਇਹ ਕੀਤੀ ਭਾਈ ਇਹ ਮੱਥਾ ਟੇਕਣ ਦੇ ਅੰਦਰ ਮੈਂ ਬਾਹਰ ਟੇਕ ਕੇ ਪਹਿਲਾਂ ਆ ਗਿਆ ਤੇ ਕਹਿੰਦਾ ਵੀ ਭਾਈ ਇੱਦਾਂ ਮੈਂ ਜਿਹਾ ਆਪਣਾ ਮੈਂ ਕਿਹਾ ਕੋਈ ਗੱਲ ਵੀ ਇਹਨੂੰ ਮੈਂ ਦੱਸਿਆ ਕਹਿੰਦਾ ਚੱਲ ਭਾਈ ਚੱਲੀ ਵੀ ਆ ਗਏ ਵੀ ਉੱਥੇ ਗਏ ਮੈਚ ਖੇਡ ਕੇ ਗੋਪੀ ਭਾਈ ਦੇ ਪਿੰਡ ਵੀ ਖੜੇ ਪੈ ਰਹੀਆਂ ਅੱਛਾ ਗੁਰਦੁਆਰੇ ਬਾਹਰ ਹੀ ਮੈਂ ਪਹਿਲਾਂ ਬੁਲਟਾ ਕਹਿੰਦਾ ਕੰਮ ਔਖਾ ਹੋ ਜਾਣਾ ਪਿੰਡ ਮੈਚ ਬੇਇੱਜ਼ਤੀ ਨਾ ਅਜੇ ਮੈਂ ਕਿਹਾ ਅਮੀ ਕੋਈ ਨਾ ਭਾਈ ਖੇਡ ਕੇ ਜਾਂਦੇ ਯਾਰ ਗੱਲ ਪਿਆਰ ਦੀ ਆ ਲੋਕੀ ਜਿਦਾਂ ਸਾਡੇ ਪਿੰਡ ਹੱਲੇ ਵੀ ਚੱਲ ਪੁੱਛਦੇ ਆ ਨਾ ਵੀ ਗੱਗੀ ਦਾ ਪਿੰਡ ਆ ਗੱਗੀ ਦਾ ਪਿੰਡ ਆ ਠੀਕ ਨੀ ਤੇ ਲਾਲਾ ਸਾਹਿਬ ਵੀ ਜਦੋਂ ਉਦੋਂ ਪੂਰਾ ਤਗੜਾ ਸੀ ਉਦੋਂ ਵੀ ਕਿਸੇ ਨੇ ਨੀ ਵੀ ਗੱਲ ਫੜਾਤਾ ਵੀ ਆਲੇ 50,000 ਰੁਪਏ ਵੀ ਤੈਨੂੰ ਲੋੜ ਹੈ ਜਾਂ ਤੂੰ ਤਗੜਾ ਵਾ ਤੇ ਜੇ ਹੁਣ ਜੇ ਮਾੜਾ ਮੋਟਾ 60 ਰੁਪਏ ਲੱਗ ਗਈ ਜਾਂ ਤਾਂ ਵੀ ਨੀ ਕਿਸੇ ਨੇ ਪੁੱਛਣਾ ਵਾ ਲੋਕਾਂ ਨੇ ਮੂੰਹ ਲਾਈ ਜਾਣੇ ਵੀ ਹਾਂ ਵੀ ਕਿੱਦਾਂ ਵਾ ਕਿੱਦਾਂ ਵਾ ਕਿੱਦਾਂ ਵਾ ਮੂੰਹ ਲਾਉਣ ਦਾ ਥੋੜਾ ਭਾਈ ਕੌਣ ਕਰਕੇ ਹੋਣਾ ਭਾਈ ਕੌਣ ਨਾ ਕੋਈ ਯਾਰ ਹਾਂਜੀ ਅਮਰਾ ਫੜ ਚੱਲ ਗਿਆ ਨੀ ਮੈਨੂੰ ਲਾ ਗਿਆ ਓਕੇ ਭਾਈ ਨੂੰ ਮਿਲਦੇ ਆਪਾਂ ਚੱਲਦੇ ਇਕੱਠੇ ਤੂੰ ਬਹਿ ਭਾਈ ਮੈਂ ਚਾਹ ਪੀ ਲਾ ਮੈਨੂੰ ਪਹਿਲਾਂ ਜੋ ਕਿਹਾ ਸੀ ਉਹ ਕਹਿ ਪਹਿਲਾਂ ਸਾਡੀ ਗੋਤ ਕੂਲੇ ਆ ਨਾ ਭੂਆ ਕੂਲੇ ਕਹਿੰਦੀ ਆ ਭੂਆ ਨੇ ਇੰਸਟਾਗ੍ਰਾਮ ਤੇ ਫੋਲੋ ਕੀਤਾ ਕਿ ਨਹੀਂ ਤੈਨੂੰ ਭੂਆ ਕੂਲੇ ਭੂਆ ਜੀ ਇਹਨਾਂ ਤਾਂ ਹਾਂਜੀ ਇਹਨੇ ਇੰਸਟਾਗ੍ਰਾਮ ਤੇ ਫੋਲੋ ਕਰ ਲਿਆ ਕਿ ਨਹੀਂ ਨਹੀਂ ਕੀਤਾ ਬੜਾ ਮਾੜਾ ਬੰਦਾ ਨਾ ਭੂਆ ਨੂੰ ਬੁੱਢੀ ਹੋ ਗਈ ਭੂਆ ਨੂੰ ਪਛਾਣਦਾ ਆ ਬਲੌਗ ਬਣੀ ਜਾਂਦਾ ਤੇਰਾ ਨਾਲ ਨਾਲ ਬਲੌਗ ਬਣੀ ਜਾਂਦਾ ਹੋਰ ਆਵੇ ਭਾਈ ਦੇ ਕੈਮਰਾ ਤੇ ਇੱਥੇ ਹੀ ਰੱਖਿਆ ਅੱਛਾ ਅੱਛਾ